ਸਤ ਹੈ, ਗੋਪਾਲ ਨਾਮ ਸਤ ਹੈ। ਬੜੇ ਦੁਖੀ ਹਿੱਤੇ ਨਾਲ ਸਾਡੀ ਪੰਜਾਬ ਦੀ ਇੱਕ ਮਹਾਨ ਸ਼ਖਸੀਅਤ ਡਾਕਟਰ ਪ੍ਰਦੀਪ ਕਾ ਚਾਵਲਾ ਜੀ, ਜਿਹੜੇ ਸਾਰਿਆਂ ਨੂੰ ਸਦੀਵ ਛੋੜਾ ਦੇ ਕੇ ਅੱਜ ਪਦਮ ਪਿਆ ਪਰਮਾਤਮਾ ਦੇ ਚਰਨਾਂ 'ਚ ਜਨਾਬ ਰਾਜੇ ਨੇ, ਉਹਨਾਂ ਦੇ ਜਾਨ ਨਾਲ ਮੈਂ ਸਮਝਦਾ ਬਹੁਤ ਵੱਡੀ ਘਾਟ ਸਾਰੇ ਸਮਾਜ ਨੂੰ, ਸਾਰੇ ਪੰਜਾਬ ਨੂੰ ਪਈ, ਨਾ ਪੂਰੀ ਹੋਣ ਵਾਲੀ ਘਾਟ ਆ। ਸੋ ਡਾਕਟਰ ਸਾਹਿਬ ਪਹਿਲੋਂ ਸਰਕਾਰੀ ਡਾਕਟਰ ਰਹੇ, ਫਿਰ ਉਹ ਪੰਜਾਬ ਦੇ ਕੈਬਨਿਟ ਮਿਨਿਸਟਰ ਰਹੇ, ਉਹਨਾਂ ਨੇ ਹੈਲਥ ਡਿਪਾਰਟਮੈਂਟ ਦੀ ਬਹੁਤ ਸੇਵਾ ਕੀਤੀ ਹੈ ਐਜ ਏ ਕੈਬਨਿਟ ਮਿਨਿਸਟਰ। ਸੋ ਜਿਹੜੀਆਂ ਸ਼ਖਸੀਅਤਾਂ ਜਦੋਂ ਜਾਂਦੀਆਂ ਨੇ ਬਹੁਤ ਘਾਟ ਹੁੰਦੀ ਹੈ। ਇੱਕ ਇਕੱਲੀ ਪਾਰਟੀ ਨੂੰ, ਬੀਜੇਪੀ ਨੂੰ ਘਾਟ ਨਹੀਂ ਹੋਈ, ਸਾਰੀਆਂ ਪਾਰਟੀਆਂ ਨੂੰ ਉਹਨਾਂ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ, ਨਾ ਪੂਰਾ ਹੋਣ ਵਾਲਾ ਘਾਟਾ। ਮੈਂ ਉਹਨਾਂ ਨੂੰ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨਾ। ਸੋ ਉਹਨਾਂ ਜਿਹੋ ਅਰਦਾਸ ਆ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਪਰ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਦੇਖੋ, ਡਾਕਟਰ ਬਲਦੇਵ ਚਾਵਲਾ ਜੀ ਦਾ ਜਿਹੜਾ ਜਾਣਾ ਹੈ ਸਾਡੇ ਲਈ, ਸਮਾਜ ਲਈ, ਰਾਜਨੀਤੀ ਦੇ ਖੇਤਰ ਲਈ ਬਹੁਤ ਵੱਡਾ ਘੱਟ ਹੈ। ਇਹ ਇੱਕ ਉਦਾਹਰਣ ਸੀ ਸਰਲਤਾ ਦੇ, ਸ਼ਰਾਫਤ ਦੇ, ਔਰ ਅੰਤ ਤੱਕ ਸਿਰਫ 3 ਦਿਨ ਪਿਛਲੇ ਛੋੜ ਕੇ ਇਹ ਆਮ ਜਨਤਾ ਦੇ ਰਹੇ ਹੈ, ਜਨਤਾ ਦੇ ਵਿੱਚ ਰਹੇ ਹੈ, ਪ੍ਰਤੀਨਿਧੀ ਬਣ ਕੇ ਰਹੇ ਹੈ, ਔਰ ਇੱਕ ਨੇਕ ਰਾਜਨੇਤਾ ਦੇ ਰੂਪ ਦੇ ਵਿੱਚ ਇਹਨਾਂ ਨੇ ਆਪਣਾ ਸਥਾਨ ਸਮਾਜ ਵਿੱਚ ਬਣਾਇਆ। ਇਹਨਾਂ ਦੇ ਜਾਣ ਨਾਲ ਸਾਨੂੰ, ਸਾਡੇ ਸਮਾਜ ਨੂੰ, ਸਭ ਨੂੰ ਬੜਾ ਘੱਟ ਹੈ।